दोस्तों वाहेगुरू जी खालसा वाहेगुरू जी की फतेह जी। मैं नदर फाउंडेशन तो जसविंदर सिंह, जिवें तुसीं सारे जाणदे हो कि फाउंडेशन सेवावां दे बारे लोड़वंद परिवारां नूं चत्तां तुहाडे सब दे सहयोग नाल करदे आ। ते अज पिंड ए जुड़ाहां दे विच आ, ते 23-25 जुलाई अज तुहाडे नाल, इह 25 जुलाई नूं तुहाडे नाल इनफॉर्मेशन सांझी कर रहे हां। सो सानूं इस परिवार दा फोन आया सीगा कि साडी आ जिहड़ी छत डिग गई आ, ते किस तरह के हालात ने परिवार की, फाइनैंशियल हालत किस तरह की आ, वो गलबात करते मेरे भैन जी खड़े ने। की नाम है जी तुहाडा? कदों होया सीगा इह सारा? ਉਸ ਵੇਲੇ ਉਸ ਵੇਲੇ ਮੀਂਹ ਪੈਂਦਾ ਸੀ ਜ਼ੋਰ ਦੀ, ਮੀਂਹ ਨੇਰੀ ਸੀ। ਚਲੋ ਇਹ ਸ਼ੁਕਰ ਆ ਵੀ ਕੋਈ ਥੱਲੇ ਨਹੀਂ ਆਇਆ। ਹਾਂਜੀ, ਤੇ ਭਾਂਡਾ ਮੇਰਾ ਕੋਈ ਨਹੀਂ ਬਚਿਆ, ਗੁੱਡੀਆਂ ਮੇਰੇ ਜਮਾਈ ਭਾਂਡੇ ਸਾਰਾ ਤੁਸੀਂ ਦੇਖ ਲਿਓ ਪਿੱਛੇ ਪੇਟੀ। ਹਾਂਜੀ, ਹਾਂ ਤਾਂ ਮੈਂ ਢੋਲ ਢੂਲ ਵੇਚਦਾ, ਮੈਂ ਪੁਰਾਣਾ ਨਵਾਂ ਲਿਆ ਸੀਗਾ 4000 ਦਾ, ਤਾਂ 10 ਦਿਨ ਪਹਿਲਾਂ ਲਿਆ ਸੀਗਾ ਉਹ, ਫਿਰ ਮੇਰੀ ਕਣਕ ਵੀ ਸਾਰੀ ਖਰਾਬ ਹੋਈ, ਜਿਹੜੀ ਥੋੜ੍ਹੀ ਜਿਹੀ ਬਚੀ ਉਹ ਮੈਂ ਦੇ ਕੇ ਨਵਾਂ ਢੋਲ ਮੈਂ ਪੁਰਾਣਾ ਉਹਦੇ ਬਦਲੇ ਲੈ ਗਿਆ। ਅੱਛਾ, ਨਵਾਂ ਲਿਆ ਸੀ ਉਹ ਵੀ ਥੱਲੇ ਆ, ਕਿੱਥੇ ਪਿਆ ਸੀ ਉਹ? ਕਿਸ ਸਾਈਡ? ਇੱਥੇ ਪਿਆ ਸੀ ਕਣਕ ਵੀ ਮੇਰੀ, ਸਾਰੇ ਪਿੰਡ 'ਚ ਪੁੱਛ ਲਓ ਆਪਾਂ ਕੋਈ ਝੂਠ ਆਈ ਗੱਲ, ਸਾਰੇ ਪਿੰਡ 'ਚ ਪੁੱਛ ਲਓ, ਇਕੱਲੇ ਇਕੱਲੇ ਨੂੰ ਸਾਰੇ ਬੋਲਦੇ ਨੇ, ਪੰਚਾਇਤ ਵਾਲਿਆਂ ਨੂੰ ਵੀ ਇਹਨਾਂ ਦਾ ਤਾਂ ਪਾਉਣਾ ਚਾਹੀਦਾ ਸੀਗਾ, ਸਾਰੇ ਪੰਚਾਇਤ ਵਾਲਿਆਂ ਨੂੰ ਬੋਲਦੇ ਨੇ। ਸੁਭਾ ਹਾਲਾਤ ਨੇ ਇੱਥੇ ਡਾਟਾ ਪਈਆਂ ਸੀਗੀਆਂ? ਹਾਂਜੀ, ਡਾਟਾ ਪਾਈਆਂ ਗਾਟਰ ਨੇ? ਨਹੀਂ, ਡਾਕਟਰ ਸਰੀਏ ਪਾਈ ਹੋਈ ਨੇ। ਹਾਂਜੀ, ਸਾਰਾ ਪਿੰਡ ਹੀ ਹੁਣ ਬੋਲਦਾ, ਕਹਿੰਦਾ ਪੰਚਾਇਤ ਨੂੰ ਕਰਨਾ ਚਾਹੀਦਾ ਵੀ, ਚਾਹੇ ਤੁਹਾਡੇ ਕੋਲ ਇਹਨਾਂ ਕੋਲ ਗ੍ਰਾਂਟ ਕਿਤੇ ਆਉਂਦੀ ਨੀ, ਉਹ ਕਹਿੰਦੇ ਵੀ ਇਹਨਾਂ ਹੀ ਤਾਂ ਮਦਦ ਕਰਨੀ ਚਾਹੀਦੀ ਆ ਸਾਨੂੰ, ਵੀ ਜੇ ਤੁਹਾਡੇ ਕੋਲ ਗ੍ਰਾਂਟ ਆਉਂਦੀ ਉਹ 'ਚ ਪਾ ਦਿਓ ਇਹਨੂੰ। ਕਚੂਲੇ ਦਾ ਆਪਰੇਸ਼ਨ ਹੋਇਆ, ਉਵੇਂ ਤੁਰੀ ਫਿਰਦੀ। ਅੱਛਾ, ਤੁਹਾਡਾ ਹੋਇਆ ਆਪਣਾ ਆਪਰੇਸ਼ਨ? ਹਾਂਜੀ, ਮੇਰਾ ਦੇ ਚੂਲੇ। ਉਹ ਫਿਰ ਕਿੱਦਾਂ ਆਪਣੇ ਆਪ ਹੀ ਕਰਵਾਇਆ ਤੁਸੀਂ, ਕਿੱਦਾਂ ਕਿ ਮਦਦ ਨਾਲ ਹੋਇਆ? ਨਹੀਂ, ਉਹ ਜੀ ਆਹ ਜਿਹੜੇ ਕਾਰਟ ਬਣੇ ਹੋਏ ਆ 5 ਲੱਖ ਦੇ, ਹਾਂਜੀ ਉੱਤੇ ਮੇਰਾ ਹੋ ਗਿਆ ਸੀਗਾ, ਮੇਰੇ ਏਅਰਪੋਰਟ ਲਈ ਮੈਂ ਕਰਾਇਆ ਆਪਰੇਸ਼ਨ। ਠੀਕ, ਹਾਂਜੀ ਉੱਤੇ ਮੇਰੇ ਉਹਨਾਂ ਨੇ ਕਰਤਾ ਸੀ, ਉਹਨੇ ਹੈਲਪ ਬਹੁਤ ਕਰੀ ਆ। ਹਾਂਜੀ, ਉਹਨਾਂ ਨੇ ਹੈਲਪ ਵੀ ਮੇਰੀ ਬਹੁਤ ਕਰੀ ਆ, ਕਹਿੰਦੇ ਸੀ ਮੈਨੂੰ 10,000 ਰੁਪਇਆ ਲੱਗੂ ਵੀ ਅਸੀਂ ਤੇਤੋਂ ਲੈਣਾ ਨਹੀਂ ਹੈਗਾ, ਵੀ ਆਪ ਕਰਾਂਗੇ ਅਸੀਂ। ਹਾਂਜੀ, ਉਹਨਾਂ ਨੇ ਤੁਸੀਂ ਸਾਰਾ ਕਮਾਉਣ ਵਾਲੇ ਆ ਗਏ ਹੋ ਖਰਚੇ? ਹਾਂਜੀ, ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਆਹ ਕਵਰਾਂ ਪੈ ਜੇ? ਹਾਂਜੀ, ਅਸੀਂ ਕਹਿੰਦੇ ਵੀ ਆਹ ਪੈ ਜਾਵੇ ਸਾਰਾ, ਉਹ ਤਾਂ ਫਿਰ ਤੁਸੀਂ ਹੁਣ ਪਾਈਆਂ ਨੇ? ਇਹ ਤਾਂ ਹੁਣ ਪਾਈਆਂ, ਫਿਰ ਡਿੱਗ ਪਿਆ ਸੀ ਸਾਰਾ, ਹੈ ਹੀ ਨਹੀਂ ਸੀ ਕੁਛ ਇੱਥੇ ਰੱਖਣ ਨੂੰ। ਹੁਣ ਜਿਹੜੇ ਉਹ ਪਰਲੇ ਖੂੰਜੇ ਕੱਪੜੇ ਪਏ, ਮੈਂ ਕਹਿੰਦੀ ਹੱਥ ਲਾ ਕੇ ਬਚ ਹੋਏ ਪੈ ਜੇ ਬੈਠਕ ਵਿੱਚ ਪਾਇਆ, ਤਾਂ ਤੇ ਚੋ ਗਿਆ। ਨਹੀਂ, ਤੁਹਾਡੀ ਬੇਟੀ ਨੇ ਮੈਨੂੰ ਮੈਸੇਜ ਕੀਤੇ ਸੀ, ਕਹਿੰਦੇ ਵੀ ਸਾਡੇ ਕਾਫੀ ਹਾਲਾਤ ਨੇ ਜਿਹੜੇ ਮਾੜੇ ਨੇ, ਕਿਉਂਕਿ ਜਦੋਂ ਮੀਂਹ ਆਉਂਦਾ ਤਾਂ ਇੱਥੇ ਤਾਂ ਪੈ ਨਹੀਂ ਸਕਦੇ ਹੁਣ, ਆਹ ਵੈਸੇ ਇਹ ਤਾਂ ਗਰਮੀ 'ਚ ਵੈਸੇ ਤਪ ਜਾਂਦੀਆਂ ਬੁੜੀਆਂ ਨੇ, ਜਦੋਂ ਮੀਂਹ ਆਉਂਦਾ ਜੀ ਪੱਲੀ ਤਾਲ ਲੈਂਦੇ ਆ ਵਿਚਾਲੇ, ਜਦੋਂ ਪਾਲੀ ਬੈਠਕ 'ਚ ਫਿਰ ਵਿਚਾਲੇ ਅਸੀਂ ਆ ਵਿਚਾਲੇ ਉਧਰ ਉਧਰ ਕਰਕੇ ਪੱਲੀ ਤਾਲ ਲੈਂਦੇ ਤਾਂ ਪੈਂਦੇ ਹਾਂ ਅਸੀਂ, ਜੇ ਰਾਤ ਨੂੰ ਮੀਂਹ ਆਉਂਦਾ ਵਾ। ਹਾਂਜੀ, ਚਲੋ ਇਹ ਜਿਹੜਾ ਕਮਰਾ ਹੈਗਾ ਮੈਨੂੰ ਲੱਗਦਾ ਇਹ ਤਕਰੀਬਨ ਇੱਧਰ ਨੂੰ 20 ਫੁੱਟ ਹੋਊਗਾ, ਸ਼ਾਇਦ 20 ਤੋਂ ਥੋੜ੍ਹਾ ਘੱਟ ਹੋਊਗਾ, ਇੱਧਰ ਨੂੰ ਇਹ 12 ਫੁੱਟ, ਅਤੇ ਨਾਲ ਚਲੋ ਇਹਨਾਂ ਦੀ ਰਸੋਈ ਆ ਜਿੱਥੇ ਇਹਨਾਂ ਨੇ ਉਹ ਪਾਇਆ ਹੋਇਆ ਆਪਣੀਆਂ ਸਲੇਟਾਂ ਹੁਣ ਪਾਈਆਂ ਹੋਈਆਂ ਨੇ। ਹਾਂਜੀ, ਉਹ ਕੁੜੀ ਨੇ, ਕੁੜੀਆਂ ਮੇਰੀਆਂ ਵਿਆਹੀਆਂ ਨੇ, ਉਹਨਾਂ ਨੇ ਮੈਨੂੰ ਭਾਂਡੇ ਭੁੰਡੇ ਲਿਆ ਕੇ ਸਾਰੇ। ਹਾਂਜੀ, ਸਾਰਾ ਕੁਛ ਹੀ ਥੱਲੇ ਆ ਗਿਆ ਸੀ, ਕੁੜੀਆਂ ਲੈ ਕੇ ਆਈ। ਇੱਥੇ ਰੋਟੀ ਪਾਣੀ ਬਣਾਉਂਦੇ ਸੀ ਤੁਸੀਂ? ਹਾਂਜੀ, ਇੱਥੇ ਗੁੱਡੀ ਲੱਗੀ ਸੀ ਬਣਾਉਣ। ਚਲੋ ਇਹ ਸ਼ੁਕਰ ਆ ਵੀ ਹਾਂਜੀ ਗੁੱਡੀ ਕੋਈ ਥੱਲੇ ਨਹੀਂ ਆਇਆ, ਨਹੀਂ ਤਾਂ ਹਨਾ ਪਤਾ ਨਹੀਂ ਕੀ ਹੁੰਦਾ ਇੱਥੇ ਜੇ ਥੱਲੇ ਕੋਈ ਆ ਜਾਂਦਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਚਲੋ ਆਹ ਜਿਹੜਾ ਇੰਨਾ ਕਿੰਨਾ ਦਾ ਕਮਰਾ ਰਹਿਣ ਯੋਗ ਜਿਹੜਾ ਬਣ ਜਾਵੇ, ਕਿਉਂਕਿ ਮੂਹਰਲਾ ਕਮਰਾ ਵੀ ਇਹਨਾਂ ਦਾ ਤਕਰੀਬਨ ਤਕਰੀਬਨ ਡਿੱਗਣ ਵਾਲਾ ਹੀ ਆ, ਇੱਥੇ ਆ ਰਸੋਈ ਦੇ ਉੱਤੇ ਸਲੇਟਾਂ ਪਾਈਆਂ ਇਹਨਾਂ ਨੇ। ਸੋ ਆਪਾਂ ਕੋਸ਼ਿਸ਼ ਕਰੀਏ, ਚਲੋ ਹੈ ਤਾਂ ਬੜਾ ਔਖਾ। ਹਾਂ, ਮੇਰੇ ਜਮਾਈ ਕਹਿੰਦਾ ਮੰਮੀ ਇੰਨਾ ਕੁ ਕਰਜੀ, ਮੈਂ ਕਰਜੀ ਭਾਈ ਡਿੱਗਿਆ ਪਿਆ, ਮੈਂ ਹੁਣ ਕਿੱਥੇ ਜਾਵਾਂ ਹਨਾ। ਅਤੇ ਬੁੱਢੀ ਇਹ ਹੁਣ ਮੈਂ ਬਾਹਰੋਂ ਕੰਮ ਕਰਕੇ ਆਉਂਦੀ ਸੀ ਲੋਕਾਂ ਦੇ, ਫਿਰ ਮੈਂ ਪੰਚਾਇਤ ਮਗਰ ਪੈਦੀ ਸੀ, ਹਾਰ ਕੇ ਹੁਣ ਬਹਿ ਗਈ, ਮੈਂ ਤਾਂ ਹੁਣ ਦੇਖੀ ਜਾਂਦੀ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਤੁਹਾਡਾ ਲੈਂਡਰ ਪੈਂਦਾ ਹੋ ਜਾਵੇ। ਸੋ ਇਹ ਹਾਲਾਤ ਪਰਿਵਾਰ ਨੇ ਆਪਣੇ ਦੱਸੇ ਨੇ, ਆਪਾਂ ਕੋਸ਼ਿਸ਼ ਕਰੀਏ ਜਿੱਦਾਂ ਪਹਿਲਾਂ ਕਰਦੇ ਹਾਂ, ਅਤੇ ਜ਼ਰੂਰ ਇਸ ਪਰਿਵਾਰ ਦੇ ਲਈ ਆਪਾਂ ਥੋੜ੍ਹਾ ਬਹੁਤਾ ਕਰਕੇ ਇਹਨਾਂ ਨੂੰ ਜਿਹੜਾ ਛੱਤ ਪੈਂਦੀ ਕਰ ਦਈਏ। ਸੋ ਹਾਲਾਤ ਇਹਨਾਂ ਨੇ ਦੱਸ ਦਿੱਤਾ ਕਿ ਆਪ ਹੀ ਕੰਮ ਕਰਦੇ ਨੇ, ਅਤੇ
ਪਿੰਡਾਂ 'ਚ ਜਿਹੜੇ ਗੋਆ ਕੂੜਾ ਕਰਦੇ ਨੇ ਉਹ ਕੰਮ ਕਰਦੇ ਨੇ ਕੀ ਕਿੰਨਾ ਕੁ ਦਿੰਦੇ ਘਰ ਤੁਹਾਨੂੰ ਫਿਰ ਮਹੀਨੇ ਦਾ ਮਹੀਨੇ ਤੇ 100 ਰੁਪਏ ਡੰਗਰ ਦਿੰਦੇ ਬਸ ਅੱਛਾ ਹਾਂਜੀ ਕਿੰਨੇ ਕੁ ਦਿੰਦੇ 100 200 ਜਾਂ ਇੱਕ ਘਰ ਤੋਂ ਬਣਨਾ ਚਲੋ ਤੁਸੀਂ ਮੰਨਣਾ ਹੋਣਾ ਕਰੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਤੁਹਾਡਾ ਜਿਹੜਾ ਇੰਨਾ ਪੈਂਦਾ ਹੋ ਜਾਵੇ ਲੈਂਟਰ ਪੈਂਦਾ ਹੋ ਜਾਵੇ ਪਿੰਡ ਜੜਾਹਾਂ ਤੋਂ ਰੂਪ ਰੂਪ ਹੋ ਰਿਹਾ ਸੋ ਜਿਵੇਂ ਤੁਸੀਂ ਜਾਣਦੇ ਹੋ ਕੁਛ ਸਮਾਂ ਪਹਿਲਾਂ ਅਸੀਂ 20-25 ਦਿਨ ਪਹਿਲਾਂ ਇਸ ਮਕਾਨ ਦੀ ਸੇਵਾ ਜਿਹੜੀ ਆ ਸ਼ੁਰੂ ਕੀਤੀ ਸੀਗੀ ਜੇ ਪਰਿਵਾਰ ਦੀ ਗੱਲ ਕਰਾਂ ਤਾਂ ਪਰਿਵਾਰ ਬੇਹੱਦ ਲੋੜਵੰਦ ਸੀਗਾ ਕਿਉਂਕਿ ਇਹ ਜਿੱਥੇ ਅਸੀਂ ਆ ਖੜ੍ਹੇ ਹਾਂ ਇੱਥੇ ਪਿਛਲੀ ਸਾਈਡ ਦੇ ਉੱਤੇ ਇਹ ਕਮਰਾ ਜਿਹੜਾ ਡੈਗੀ ਪਿਆ ਸੀਗਾ ਇਹਨਾਂ ਦਾ ਤਕਰੀਬਨ ਇਹ ਸਭ ਹੁਣ ਜਿਹੜਾ ਸਾਡਾ ਇਹ 600 ਸਕੇਅਰ ਫੁੱਟ ਬਣ ਗਿਆ ਅਤੇ 600 ਸਕੇਅਰ ਫੁੱਟ ਦਾ ਜਿਹੜਾ ਇਹ ਪੂਰਾ ਜਿਹੜਾ ਲੈਂਟਰ ਇਸ ਵੇਲੇ ਪੈ ਰਿਹਾ ਨਦਰ ਫਾਊਂਡੇਸ਼ਨ ਸੇਵਾਵਾਂ ਬਾਰੇ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਲੋੜਵੰਦ ਪਰਿਵਾਰਾਂ ਨੂੰ ਛੱਤਾਂ ਤੁਹਾਡੇ ਸਭ ਦੇ ਸਹਿਯੋਗ ਨਾਲ ਇੱਥੇ ਕਰਦੇ ਹਾਂ ਅਤੇ ਅੱਜ ਇਸ ਲੜੀ ਤਹਿਤ ਇਹਦਾ ਇਸ ਪਰਿਵਾਰ ਦਾ ਲੈਂਟਰ ਪੈ ਰਿਹਾ ਸੋ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਸਾਡੇ ਨਾਲ ਇਸ ਕੰਮ ਦੇ ਵਿੱਚ ਹੈਲਪ ਕੀਤੀ ਹੈ ਕਿਉਂਕਿ ਇਹ ਮਕਾਨਾਂ ਵਾਲਾ ਕੰਮ ਜਿਹੜਾ ਬੜਾ ਹੀ ਕੋਸਟਲੀ ਹੈਗਾ ਰੇਤਾ ਬਜਰੀ ਸੀਮੈਂਟ ਇੱਟਾਂ ਸਰੀਆ ਸਾਰਾ ਕੁਝ ਅਸਮਾਨਾਂ ਨੂੰ ਜਿਹੜੇ ਆ ਉਹ ਰੇਟ ਚੜ੍ਹੇ ਪਏ ਨੇ ਤਕਰੀਬਨ 6 ਕੁਇੰਟਲ ਤਾਂ ਸਰੀਆ ਹੀ ਪੈ ਗਿਆ ਇੱਥੇ ਜੇ ਆਪਾਂ ਗੱਲ ਕਰੀਏ ਤਾਂ 65 ਰੁਪਏ ਤੱਕ ਜਿਹੜਾ ਰੇਟ ਚਲੇ ਜਾਂਦਾ ਹੁਣ ਜੇ ਆਪਾਂ ਗੱਲ ਕਰੀਏ ਕੁਇੰਟਲ ਦੀ 6500 ਨੂੰ ਇੱਕ ਕੁਇੰਟਲ ਹੈਗਾ ਸੋ ਗੱਲ ਕਰ ਰਿਹਾ ਸੀ ਮਹਿੰਗਾਈ ਦੀ ਮਹਿੰਗਾਈ ਦੇ ਸਮੇਂ ਦੇ ਵਿੱਚ ਹੁਣ ਇੱਕ ਬੰਦੇ ਨਾਲ ਕੰਮ ਜਿਹੜਾ ਲੈਂਟਰ ਦਾ ਇੱਕ ਕਮਰੇ ਦਾ ਪਾਉਣਾ ਹੀ ਬਹੁਤ ਔਖਾ ਹੁੰਦਾ ਸੋ ਆਪਾਂ ਪਿਛਲੇ 5-6 ਸਾਲਾਂ ਤੋਂ ਇਹ ਕੰਮ ਜਿਹੜੇ ਆ ਸੇਵਾਵਾਂ ਕਰ ਰਹੇ ਹਾਂ ਅਤੇ ਜਦੋਂ ਸਾਰੇ ਜਣੇ ਥੋੜ੍ਹਾ ਥੋੜ੍ਹਾ ਆਪਣਾ ਸਹਿਯੋਗ ਕਰਦੇ ਆ ਅਤੇ ਫਿਰ ਕੰਮ ਕਰਨ ਜਿਹੜੇ ਆ ਉਹ ਸੌਖੇ ਹੋ ਜਾਂਦੇ ਆ ਅਤੇ ਇਸ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਗਰਮੀ ਪੂਰੀ ਹੈ ਇਸ ਵੇਲੇ ਠੰਡ ਨਹੀਂ ਹੁੰਦਾ ਇੱਥੇ ਅਤੇ ਪਰ ਜਦੋਂ ਆ ਮੀਂਹਾਂ ਦੇ ਬਾਰਿਸ਼ਾਂ ਦੇ ਸਮੇਂ ਦੇ ਵਿੱਚ ਜ਼ਿਆਦਾ ਰਿਕੁਐਸਟਾਂ ਆਉਂਦੀਆਂ ਨੇ ਅਤੇ
करना पैंदा क्योंकि परिवार कोले होर कोई रहने लई जगह नहीं होंदी। ये परिवार कोले भी हुण एक निक्का जिहा कमरा सीगा वह भी डिग पिया ते शुक्र है परमात्मा दा कि कोई थले नहीं आया ते कोई जानी नुकसान नहीं होया। सो आप सब दे सहयोग नाल ते गुरु महाराज दे कोटा आसरे नाल जिन्हां नूं जिहड़ी छत मिल रही आ धन्नवाद फिर एक बार जिन्हां ने इस काम लई सहयोग कीता ते अग्गे वास्ते उह भी इस तरह सहयोग करते रहो ताकि आपां होर लोड़वंद परिवारों छत्तां जिहड़ियां उह दे सकीए क्योंकि बहुत सारिया कॉल्स आउंदियां बहुत सारे मैसेज आउंदे ने हर एक तो साढ़े तो असी नहीं कर सकते क्योंकि जिन्ना साढ़े को फंड्स है या जिन्ना साढ़े को समा है उस हिसाब नाल ही असी एक एक करके जिहड़ा मकान का काम जिहड़ा कर रहे क्योंकि आह मौसम दे विच कह लो भी बारिशों के काम चलता भी नहीं है जितने शुरू किया उदन भी अरदास कर लगे तो मीह पैन लग गया उस दिन काम ही नहीं चलिया अगले दिन असी काम जिहड़ा शुरू किया। सो इस तरह सहयोग करते रहो धन्यवाद दोस्तों। जो तुम मेरे संपर्क करना चाहते तो 98725-3635 के उपर तुम मेरा संपर्क कर सकते हो। वाहेगुरू जी का खालसा वाहेगुरू जी की फतह। ਛੂਟਿਸ ਨਹੀਂ ਕੋਟ ਲਕਬਾਈ ਨਾਮ ਜਪਤ ਤੇਰੇ ਪਾਰ ਪੁਰਾਈ ਅਨਿਕ ਬਿਨ ਜਾਈ ਆਏ ਸੰਘਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਨਿਕ ਜੋਰ ਜੰਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਮਹਿਲਾ ਮਨ ਕਹੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਰੰਗ ਨਾਮ ਭਾਈਓ ਸਾਧ ਕਰੇ ਰੰਗ ਜੇ ਮਰ ਜਮੇ ਕਰੇ ਨਾ ਹਰ ਕਾ ਨਾਮ ਸੰਗ ਦੇਤਾ ਅਨੂ ਮਹਤਾ ਨਾਮ ਹੈ ਦੋਸਤੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ 2 ਅਕਤੂਬਰ 2021 ਨੂੰ ਪਿੰਡ ਜੜਾਹਾਂ ਦੇ ਵਿੱਚ ਖੜ੍ਹੇ ਹਾਂ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਨਦਰ ਫਾਊਂਡੇਸ਼ਨ ਸੇਵਾਵਾਂ ਦੇ ਬਾਰੇ ਪਿਛਲੇ 6-7 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਨੂੰ ਛੱਤਾਂ ਤੁਹਾਡੇ ਸਭ ਦੇ ਸਹਿਯੋਗ ਨਾਲ ਕਰ ਰਹੇ ਹਾਂ। ਸੋ ਇਸ ਲੜੀ ਤਹਿਤ ਅੱਜ ਇਸ ਪਰਿਵਾਰ ਦੇ ਜਿਹੜਾ ਮਕਾਨ ਦੀ ਸੇਵਾ ਸੰਪੂਰਨ ਹੋਈ ਆ। ਜਦੋਂ ਵੀ ਕੋਈ ਮਕਾਨ ਦਾ ਕੰਮ ਸ਼ੁਰੂ ਕਰਦੇ ਹਾਂ ਜਾਂ ਸਮਾਪਤੀ ਕਰਦੇ ਹਾਂ ਤਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ, ਅਰਦਾਸ ਕਰਕੇ ਸ਼ੁਰੂ ਕਰਦੇ ਹਾਂ ਅਤੇ ਸ਼ੁਕਰਾਨੇ ਦੀ ਅਰਦਾਸ ਕਰਕੇ ਜਿਹੜਾ ਉਹ ਸਮਾਪਤੀ ਕਰਦੇ ਹਾਂ। ਸੋ ਅੱਜ ਇਸ ਪਰਿਵਾਰ ਦੀ ਜਿਹੜੀ ਆ ਮਕਾਨ ਦੀ ਜਿਹੜੀ ਸੇਵਾ ਸੰਪੂਰਨ ਹੋਈ ਆ ਅਤੇ ਸੁਖਣੀ ਸਾਹਿਬ ਦੇ ਪਾਠ ਕਰਾਏ ਗਏ ਨੇ ਅਤੇ ਕੀਰਤਨ ਹੋਇਆ। ਸੋ ਲਗਾਤਾਰ ਹੀ ਪਿਛਲੇ 7 ਸਾਲਾਂ ਤੋਂ ਜਿਹੜੀਆਂ ਸਾਡੀਆਂ ਸੇਵਾਵਾਂ ਮਕਾਨਾਂ ਦੀਆਂ ਚੱਲਦੀਆਂ ਆ ਰਹੀਆਂ ਅਤੇ ਇਸੇ ਤਰ੍ਹਾਂ ਅੱਗੇ ਵੀ ਜਿਹੜੀਆਂ ਜਿਸ ਤਰ੍ਹਾਂ ਸਾਨੂੰ ਲੋੜ ਮਹਿਸੂਸ ਹੋਗੀ ਉਸ ਤਰ੍ਹਾਂ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਅਤੇ ਸਾਰੇ ਆਪਾਂ ਰਲ ਮਿਲ ਕੇ ਜਿਹੜੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਕਰਦੇ ਹਾਂ। ਸੋ ਜਿਵੇਂ ਇਸ ਪਰਿਵਾਰ ਦੀ ਗੱਲ ਕਰਾਂ ਤਾਂ ਜਦੋਂ ਅਸੀਂ ਇੱਥੇ 2 ਕੁ ਮਹੀਨੇ ਪਹਿਲਾਂ ਆਏ ਸੀਗੇ ਤਾਂ ਇਹਨਾਂ ਦਾ ਜਿਹੜਾ ਪਿਛਲਾ ਕਮਰਾ ਜਿਹੜਾ ਅੱਜ ਹੁਣ ਇੱਥੇ ਪਿਆ ਪਿੱਛੇ ਬਹੁਤ ਵੱਡਾ ਕਮਰਾ ਜਿਹੜਾ ਇਹਦੇ ਨਾਲ ਹੀ ਇੱਕ ਰਸੋਈ ਦੀ ਸਾਰੀ ਜਿਹੜੀ ਹੋਈ ਆ ਅਤੇ ਉਸ ਵੇਲੇ ਇਹ ਬਿਲਕੁਲ ਢਿਆ ਹੋਇਆ ਸੀਗਾ ਅਤੇ ਉਹ ਕਿਸ ਤਰ੍ਹਾਂ ਢਿਆ ਸੀ ਅਤੇ ਕੀ ਹਾਲਾਤ ਨੇ ਪਰਿਵਾਰ ਦੇ ਉਦੋਂ ਵੀ ਤੁਹਾਡੇ ਨਾਲ ਮੈਂ ਵੀਡੀਓ ਜ਼ਰੀਏ ਗੱਲਬਾਤ ਕੀਤੀ ਸੀਗੀ। ਸੋ ਸਾਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਤਕਰੀਬਨ 1.5-2 ਮਹੀਨੇ ਦੇ ਵਿੱਚ ਇਹ ਮਕਾਨ ਦੀ ਜਿਹੜੀ ਆ ਸੇਵਾ ਜਿਹੜੀ ਆ ਸੰਪੂਰਨ ਜਿਹੜੀ ਆ ਕਰ ਦਿੱਤੀ ਆ। ਵੀ ਅੱਜ ਦੇ ਟਾਈਮ ਦੇ ਵਿੱਚ ਜੇ ਮਕਾਨ ਦੀ ਸੇਵਾ ਕਰਨੀ ਹੋਵੇ ਜਾਂ ਮਕਾਨ ਪਾਉਣਾ ਹੋਵੇ ਤਾਂ ਰੇਤਾਂ ਬਜਰੀ ਸੀਮੈਂਟ ਇੱਟਾਂ ਦਾ ਅਸੀਂ ਸਾਰੇ ਭਾਅ ਜਾਣਦੇ ਹਾਂ ਅਤੇ ਬੇਹੱਦ ਔਖੇ ਹੁੰਦੇ ਆ ਉਸ ਪਰਿਵਾਰ ਲਈ ਜਿਹਦੇ ਕੋਲ ਕੋਈ ਆਮਦਨ ਦਾ ਜਿਹੜਾ ਉਹ ਗੁਜ਼ਾਰਾ ਨਹੀਂ ਹੁੰਦਾ। ਸੋ ਜਦੋਂ ਕੋਈ ਆਮਦਨ ਨਹੀਂ ਹੁੰਦੀ ਤਾਂ ਫਿਰ ਇੱਕ ਕਮਰਾ ਪਾਉਣਾ ਹੀ ਬੜਾ ਔਖਾ ਹੋ ਜਾਂਦਾ। ਸਾਡੇ ਲਈ ਵੀ ਔਖੀ ਹੈ ਇਹ ਚੀਜ਼, ਪਰ ਆਪਾਂ ਸਾਰੇ ਰਲ ਮਿਲ ਕੇ ਇਹ ਸੇਵਾਵਾਂ ਜਿਹੜੀਆਂ ਕਰਦੇ ਹਾਂ ਅਤੇ ਉਹਦੇ ਨਾਲ ਬਹੁਤ ਸੌਖੀਆਂ ਜਿਹੀਆਂ ਹੋ ਜਾਂਦੀਆਂ। ਸਾਡੇ ਨਾਲ ਵੀਰ ਰੁਪਿੰਦਰ ਸਿੰਘ ਨੇ ਕਾਲਕ ਤੋਂ, ਸੋ ਇਹਨਾਂ ਨੇ ਸਾਰੀ ਆਪਣੀ ਦੇਖ ਰੇਖ 'ਚ ਸਾਰੀ ਇਹ ਸੇਵਾ ਸ਼ੁਰੂ ਤੋਂ ਲੈ ਕੇ ਅੱਜ ਮੀਂਹ ਵੀ ਬੜਾ ਪਿਆ ਵੈਸੇ ਇੱਥੇ ਅੱਜ ਜਿੱਦਣ ਅਸੀਂ ਸ਼ੁਰੂ ਕੀਤਾ ਸੀ ਉਸ ਦਿਨ ਵੀ ਮੀਂਹ ਬੜਾ ਪਿਆ ਸੀਗਾ ਮੀਂਹ 'ਚ ਸ਼ੁਰੂ। ਹਾਂਜੀ, ਇਹ ਬਾਬਾ ਜੀ ਨੇ ਸਾਰਾ ਜਿਹੜਾ ਮਜ਼ਦੂਰੀ ਦਾ ਕੰਮ ਕੀਤਾ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਪਰਿਵਾਰ ਦੇ ਨਾਲ ਖੜ੍ਹੇ ਆ। ਮਿਸਤਰੀ ਵੀਰ ਵੀ ਸਾਡਾ ਇੱਥੇ ਸੀਗਾ, ਉਹਨੇ ਵੀ ਬੜਾ ਸਹਿਯੋਗ ਕੀਤਾ ਇਸ ਪਰਿਵਾਰ ਦੇ ਨਾਲ। ਮੈਂ ਤਾਂ ਇਹ ਸੋਚਿਆ ਨਹੀਂ ਸੀ ਕਦੇ ਵੀ ਮੇਰੇ ਇਹੋ ਜਿਹੇ ਮਕਾਨ 'ਚ ਮੈਂ ਬਹਿ ਜੂੰਗੀ, ਕਦੇ ਵੀ ਮੈਂ ਸੋਚਿਆ ਨਹੀਂ ਸੀ। ਫਿਰ ਗੱਲ ਕਰਦੇ ਹਾਂ ਤੇ ਹੋਇਆ ਕਿਵੇਂ ਸੀਗਾ, ਲੱਗਿਆ ਕਿਵੇਂ ਸੀ? ਇਹ ਤਾਂ ਜੀ ਬਸ ਅੰਦਰ ਪਏ ਸੀਗੇ, ਬਸ ਮਾੜੇ ਬਾਹਰ ਹੀ ਨਿਕਲਿਆ, ਬਸ ਤੜਾਕ ਦੇ ਜੜਾਕਾ ਹੀ ਪੈ ਗਿਆ, ਬਸ ਬਾਤਚੀਤ ਹੋ ਗਈ ਸਾਡੀ। ਚੱਲਦਾ ਅਕਤੂਬਰ ਚੱਲਦਾ, ਕਦੋਂ ਦੀ ਗੱਲ ਹੈ? ਮੈਨੂੰ 4-5 ਮਹੀਨੇ ਹੋ ਹੀ ਗਏ। ਹਾਂਜੀ, 4-5 ਮਹੀਨੇ ਹੋ ਗਏ ਸਰਪੰਚ, ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੈਗੀ। ਚਲੋ, ਮੈਂ 3 ਮਹੀਨੇ ਗੁੱਡੀ ਨੂੰ ਇੱਥੇ ਚੂਨ ਦੇ ਕਮਰੇ 'ਚ ਲੈ ਕੇ ਬੈਠਾ। ਚਲੋ, ਆਪ ਥੋੜ੍ਹੀ ਮੁਰੰਮਤ ਕਰਾ ਕੇ ਰਹਿਣ ਸੈੱਟ ਕਰ ਲਿਆ ਇੱਥੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਮੈਨੂੰ ਇਹੋ ਜਿਹੇ ਕਮਰੇ 'ਚ ਬੈਠਣ, ਮੈਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਇਹੋ ਜਿਹੇ ਕਮਰੇ 'ਚ ਬਹਿ ਜੂੰਗੀ। ਹਾਂਜੀ, ਮੈਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਇੱਕ ਰਸੋਈ ਬਣ ਗਈ? ਹਾਂਜੀ ਹਾਂਜੀ। ਅਤੇ ਇੱਕ ਜਿਹੜਾ ਪਿੱਛੇ ਕਮਰਾ ਬਣ ਗਿਆ? ਹਾਂਜੀ, ਉਹ ਬਣ ਗਿਆ, ਬਰਾਂਡਾ ਬਣ ਗਿਆ। ਤਕਰੀਬਨ ਇਹ ਹੋਊਗਾ 600-700 ਸਕੇਅਰ, 600-650 ਸਕੇਅਰ ਫੁੱਟ ਦੇ ਹੈਗਾ ਨੇੜੇ।
ਅਸੀਂ ਹਿਸਾਬ ਲਾ ਹੀ ਸਕਦੇ ਹਾਂ ਕਿ ਚਲੋ 6-6.5 ਕਿਉਂਕਿ ਉਹ ਵੱਡਾ ਕਮਰਾ ਸੀ, 2 ਕਮਰੇ ਬਣ ਗਿਆ ਜਿਹੜਾ ਪਿੱਛੇ ਆ। ਹਾਂਜੀ ਉਹ ਥੋੜ੍ਹਾ ਜਿਹਾ ਵੱਡਾ ਬਣ ਗਿਆ ਤੁਹਾਡੀ ਕਿਰਪਾ ਨਾਲ। ਨਹੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ। ਹਾਂਜੀ ਗੁੱਡੀਆਂ ਆਉਂਦੀਆਂ ਸੀ, ਪਰਾਹੁਣੇ ਆਉਂਦੇ ਸੀ, ਰਾਤ ਵੀ ਨਹੀਂ ਸੀ ਰਹਿੰਦੇ, ਕਹਿੰਦੇ ਸੀ ਵੀ ਔਖਾ ਬਹੁਤ ਆ, ਮੁਸ਼ਕਿਲ ਆ। ਕਮਾਈ ਦਾ ਕੀ ਸਾਧਨ ਆ ਤੁਹਾਡਾ? ਕਮਾਉਣ ਦਾ ਕੀ ਆ ਜੀ, 100 ਰੁਪਇਆ ਵੀ ਨਹੀਂ ਮੇਰੇ ਤਾਂ ਬਣਦਾ ਹੈਗਾ ਮਹੀਨੇ ਦਾ, ਬਸ ਪਿੰਡ 'ਚ ਗੋਹਾ ਕੰਮ ਕਰਦੇ ਹੋ। ਉਸ ਤੋਂ ਇਲਾਵਾ ਕੀ ਆ ਤੁਸੀਂ? ਹਾਂਜੀ ਮੈਂ ਕਰਦੀ ਹੈ ਨਹੀਂ ਜੀ, ਕੋਈ ਹੈ ਨਹੀਂ ਗਾ, ਬਸ ਮੈਂ ਤਾਂ ਗੁੱਡੀ ਹੋਈ ਹਾਂ, ਮੈਂ ਹੀ ਕਰਦੀ ਹਾਂ ਪਿੰਡ 'ਚ ਕੰਮ। ਅੱਗੇ 2 ਗੁੱਡੀਆਂ ਪਹਿਲਾਂ ਵੀ 2-3 ਮਹੀਨੇ ਪਹਿਲਾਂ ਹੀ ਡਿੱਗਿਆ ਹੋਇਆ ਸੀਗਾ। ਹਾਂਜੀ ਪਹਿਲਾਂ ਡਿੱਗਿਆ ਹੋਇਆ ਸੀਗਾ, ਫਿਰ ਜਦ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੈਗੀ, ਸਰਪੰਚ ਵਗੈਰਾ ਭੇਜਦਾ, ਉਹ ਕਹਿੰਦੇ ਰਹੇ ਜਦ 2 ਮਹੀਨੇ ਲੰਘ ਗਏ ਸੀਗਾ ਵੀ ਸਾਡੇ ਤਾਂ ਪੈਣ ਦਾ ਵੀ ਔਖਾ, ਅਤੇ ਵੀ ਉਹ ਕਹਿੰਦਾ ਵੀ ਹਲੇ ਗਾਂ ਗੌਰਮੈਂਟ ਦਾ ਕੋਈ ਪਤਾ ਨਹੀਂ ਵੀ 4 ਮਹੀਨੇ ਲਾ ਦੇਵੇ 6 ਮਹੀਨੇ ਲਾ ਦੇਵੇ, ਉਹਨੂੰ ਫਿਰ ਤੁਹਾਨੂੰ ਪਤਾ ਲੱਗਿਆ ਵੀ ਕੋਈ ਤੁਹਾਡਾ ਵੀ ਕੋਈ ਨੰਬਰ ਦਿੱਤਾ ਵੀਰ ਨੂੰ? ਹਾਂ ਇਹਨਾਂ ਨੇ ਦਿੱਤਾ, ਇਹਨਾਂ ਦੀ ਬੇਟੀ ਨੇ ਸਾਨੂੰ ਫੋਨ ਕੀਤਾ ਸੀਗਾ ਨਾ। ਹਾਂਜੀ ਇਹਨਾਂ ਨੇ ਕਿਹਾ ਹੋਣਾ ਹੈ ਹੈਲਪ ਕਰਨਗੇ, ਇਹ ਪੁਰਾਣਾ ਕਹਿੰਦਾ ਵੀ ਆਪਣੇ ਵੀਰ ਹੈਗੇ ਨੇ ਵੀ ਉਹਨਾਂ ਨੂੰ ਫੋਨ ਕਰੋ ਵੀ ਤੁਹਾਡੇ ਦੇਖਭਾਲ ਕਰਨਗੇ, ਮੈਂ ਇਹਨਾਂ ਨੂੰ ਨੰਬਰ ਲੈ ਕੇ ਵੀ ਚੱਲ ਫਿਰ ਚੱਲ ਤੁਹਾਡੇ ਕੋਲ ਗੱਲ ਪਹੁੰਚ। ਪਹਿਲਾਂ ਵੀ ਕਹਿੰਦਾ ਰਿਹਾ ਮੰਮੀ ਤੁਸੀਂ ਫੋਨ ਕਰ ਲਓ, ਮੈਂ ਕਿਹਾ ਮੇਰੀ ਹੋਰ ਤਾਂ ਕਿਸੇ ਨੇ ਗੱਲ ਸੁਣੀ ਨਹੀਂ ਵੀ ਖਬਰਾਂ ਮੈਨੂੰ ਸੁਣਨਗੇ ਕਿ ਨਹੀਂ, ਇਹ ਫਿਰ ਦੁਬਾਰਾ ਆਇਆ ਕਹਿੰਦਾ ਮੰਮੀ ਨਹੀਂ ਤੂੰ ਹੁਣ ਫੋਨ ਕਰਕੇ ਦੇਖ, ਫਿਰ ਗੁੱਡੀ ਨੇ ਮੈਸੇਜ ਕੀਤਾ ਫਿਰ ਫੋਨ ਕਰਿਆ। ਨੰਬਰ ਲੈ ਤੂੰ ਕਰਕੇ ਦੇਖ ਲਾ, ਮਹੀਨੇ ਕੁ ਬਾਅਦ ਫੇਰ ਆ ਗਿਆ ਏ, ਕਹਿੰਦਾ ਮੰਮੀ ਤੂੰ ਫੋਨ ਕਰਕੇ ਦੇਖ ਲਾ। ਚੱਲ ਮੈਂ ਤੁਹਾਨੂੰ ਉਹਦੇ ਗੁੱਡੀ ਨੇ ਮੈਸੇਜ ਕਰਤਾ ਜੀ ਫੋਨ ਕਰ ਲਿਆ, ਚੱਲ ਮਹਾਰਾਜ ਦੀ ਕਿਰਪਾ ਨਾਲ ਤੁਸੀਂ। ਹਾਂ ਵੱਡੀ ਗੱਲ ਇਹੀ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਜਿਹੜੇ ਕੰਮ ਹੁੰਦੇ ਨੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਸ ਸੇਵਾਵਾਂ ਲਈ ਕੰਮ ਕਰਨਾ ਬੜਾ ਔਖਾ। ਮੈਂ ਪਹਿਲਾਂ ਜਿਵੇਂ ਗੱਲ ਕੀਤੀ ਹੈ, ਚਲੋ ਸਾਰਿਆਂ ਦਾ ਧੰਨਵਾਦ ਜਿਹਦੇ ਸਾਡੇ ਨਾਲ ਪਿਛਲੇ ਕਈ ਸਾਲਾਂ ਤੋਂ ਇਸ ਮਕਾਨਾਂ ਦੀ ਸੇਵਾ ਜਿਹੜੀ ਕਰ ਰਹੇ ਆ, ਹੁਣ ਵੀ ਜਿਹੜੀਆਂ ਪੈਰਲਲ ਹੋਰ ਸੇਵਾਵਾਂ ਜਿਹੜੀਆਂ ਚੱਲ ਰਹੀਆਂ। ਜੀ ਜੀ ਹਾਂਜੀ। ਅੱਛਾ ਇਹ ਸੀਗਾ ਤੁਹਾਡੇ, ਉਹ ਥੱਲੇ ਤਾਂ ਨਹੀਂ ਸੀ ਆਇਆ ਕੋਈ? ਬਚ ਗਿਆ ਤੇ ਉਹ ਮੱਥੇ ਤੇ ਚੋਟਾਂ ਲੱਗੀਆਂ, ਪੈਰ ਤੇ ਲੱਗੀਆਂ ਸੀਗੀਆਂ। ਹਾਂਜੀ ਉਹ ਵੀ ਲਾਈਟ ਚਲੇ ਗਈ ਸੀਗੀ, ਮੱਸਰ ਲੜਿਆ। ਅੱਛਾ ਜੀ ਬਾਹਰ ਆਉਣ ਨਹੀਂ, ਬਸ ਜਦੀ ਤਾਂ ਤੁਸੀਂ ਕਿੱਥੇ ਸੀ ਉਸ ਵੇਲੇ? ਅਸੀਂ ਇੱਧਰ ਅੱਡ ਪਿਆ ਸੀ, ਤਾਂ ਸੀਗਾ ਤਾਂ ਇੱਥੇ ਜਾਣੀ, ਮੈਂ ਇੱਧਰ ਲੱਗ ਸੀਗਾ ਜੀ। ਠੀਕ ਠੀਕ, ਇਹ ਇਕੱਲਾ ਅੰਦਰ ਪੈਂਦਾ ਸੀ ਉੱਥੇ, ਚੱਲ ਵੀ ਕੋਈ ਨਹੀਂ ਸਾਨੂੰ ਐਂ ਨਹੀਂ ਸੀ, ਅਸੀਂ ਚੌਂਦਾ ਨਹੀਂ ਸੀਗਾ ਜੀ, ਚੌਂਦਾ ਨਹੀਂ ਮਹਿਸੂਸ ਆ, ਇੰਨਾ ਕੀਤਾ ਤੇੜਾ ਤਾਂ ਖਾਧੀ ਖੜਾ ਸੀ, ਵੀ ਜਾਣੀ ਮਹਿਸੂਸ ਆਇਆ ਵੀ ਚੌਂਦਾ, ਵੀ ਚੌਂਦਾ ਤਾਂ ਹੈ ਨਹੀਂ, ਚੱਲ ਵੀ ਕੁਛ ਨਹੀਂ ਹੈ, ਕਹਿੰਦਾ ਚੱਲ ਮੈਂ ਉੱਥੇ ਹੀ ਪੈ ਜਾਂਦੀ ਹਾਂ, ਪਰ ਰਾਤ ਨੂੰ ਮੀਂਹ ਆ ਗਿਆ 1 ਵਜੇ, ਬਸ ਉਦੋਂ ਫਿਰ ਡਿੱਗਿਆ। ਚਲੋ ਹੁਣ ਸਾਰੀ ਸੇਵਾਵਾਂ ਜਿਹੜੀਆਂ ਸੰਪੂਰਨ ਹੋ ਚੁੱਕੀਆਂ ਨੇ, ਪਰਮਾਤਮਾ ਇਸ ਤਰ੍ਹਾਂ ਮਿਹਰ ਕਰੇ ਅਤੇ ਆਪਾਂ ਇੱਦਾਂ ਹੀ ਜਿਹੜੀਆਂ ਸੇਵਾਵਾਂ ਰਲ ਮਿਲ ਕੇ ਜਿਹੜੀਆਂ ਕਰਦੇ ਰਹੀਏ। ਸੋ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।